give the time. So as the Sutwinder mentioned that, so as a United Sikhs is the NGOs, I did work with him, as she mentioned out. So we've been Haiti, we've been Oklahoma, we've been Okanagan, and we've been Is also. So this is how the principle of the Sikhs. We are all one, doesn't matter what the face, how we look like. So that's the principle under that we always work in the grounds. Thank you again. And ਮੈਂ ਹੁਣ ਜੀ ਬੇਨਤੀ ਕਰੂੰਗਾ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਜਿਸ ਤਰ੍ਹਾਂ ਵੱਖ ਵੱਖ ਗੁਰੂ ਘਰਾਂ ਨੇ ਇਸ ਨੇਕ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਜੀ ਜਿਨ੍ਹਾਂ ਦੇ ਵਿੱਚੋਂ ਗੁਰਦੁਆਰਾ ਰੈਂਟਨ ਵੱਲੋਂ ਜੋ 10,000 ਦੀ ਰਾਸ਼ੀ ਦੀ ਮਦਦ ਕੀਤੀ ਗਈ ਗੁਰਦੁਆਰਾ ਜਿਹੜਾ ਸੱਚਾ ਮਾਰਗ ਹੈ ਇੱਥੋਂ ਯੂਨਾਈਟਿਡ ਨੇਸ਼ਨ ਔਰ ਗੁਰਦੁਆਰਾ ਸੱਚਾ ਮਾਰਗ ਦਾ ਜਿਹੜਾ ਮਿਸ਼ਨ ਹੈ 50,000 ਦਾ ਜੀ ਜਿਹੜਾ ਕਿ ਆਪਾਂ ਆਲਰੇਡੀ ਸਰਵੇ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਮੈਰਿਜਵੈਲ ਲਿੰਡਨ ਔਰ ਅੱਜ ਦੀ ਜੋ ਇਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜਦੋਂ ਸਾਨੂੰ ਸਵੇਰੇ ਉੱਥੋਂ ਮੈਸੇਜ ਆਉਂਦਾ ਸਕੂਲ ਸਪਲਾਈ ਦਾ ਬੱਚਿਆਂ ਦੇ ਵਾਸਤੇ ਸੋ ਉਹਦੇ ਬਿਹਾਫ 'ਤੇ ਜਿੰਨਾ ਵੀ ਹੋ ਸਕਿਆ ਮੈਂ ਬੇਨਤੀ ਕਰੂੰਗਾ ਕੁਲਵੰਤ ਸਿੰਘ ਜੀ ਸ਼ਾਹ ਔਰ ਬਾਪਲਾ ਜੀ ਵੀਰੂ ਜੀ ਨੂੰ ਆਉਣ ਜਿਨ੍ਹਾਂ ਨੇ ਕਿ ਇਸ ਰਿਕੁਐਸਟ ਨੂੰ ਮੰਨਦਿਆਂ ਹੋਇਆ $2100 ਦਾ ਜਿਹੜਾ ਚੈੱਕ ਆ ਜੀ ਅੱਜ ਭੇਂਟ ਕੀਤਾ ਸੋ ਮੈਂ ਬੇਨਤੀ ਕਰੂੰਗਾ ਹੋਰ ਵੀ ਜਿਹੜੇ ਵੀ ਜਿੰਨਾ ਵੀ ਜਿਸ ਦਾ ਯੋਗਦਾਨ ਬਣਦਾ ਹੈ ਕਿਉਂਕਿ ਇਹ ਜੋ ਕਾਰਜ ਨੇ ਇਹ ਜੀ ਜੋ ਹੈ ਪੰਜਾਬ ਸਪੋਰਟਸ ਕਲੱਬ ਜਿਨ੍ਹਾਂ ਨੇ ਪਿੱਛੇ ਟੂਰਨਾਮੈਂਟ ਕਰਵਾਇਆ ਸੀ ਸੋ ਉਹਨਾਂ ਨੇ ਇਹ ਸਹਿਯੋਗ ਦਿੱਤਾ ਜੀ ਸੋ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਆਪਾਂ ਸੰਸਥਾਵਾਂ ਜਾਂ ਕੁਛ ਕਰ ਸਕਾਂ ਕਿਉਂਕਿ ਸਿੱਖੀ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਇਹ ਮੌਕਾ ਚੰਗਾ ਹੈ ਕੁਦਰਤੀ ਆਫਤ ਆਈ ਹੈ ਪਰ ਸਿੱਖੀ ਦੀ ਪਹਿਚਾਣ ਅਸਲੀ ਅਸੀਂ ਆਪਾਂ ਰੈਪ੍ਰਜੈਂਟਿਵ ਸੱਦ ਕੇ ਇੱਥੇ ਉਹਨਾਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਸਕਦੇ ਹਾਂ ਪਰ ਮੌਕਾ ਹੁਣ ਕੀ ਮਿਲਿਆ ਕਿ ਅਸੀਂ ਆਇਡੈਂਟੀ ਨੂੰ ਉਸ ਨੂੰ ਉਸ ਗਰਾਊਂਡ ਲੈਵਲ 'ਤੇ ਜਾ ਕੇ ਦੱਸੀਏ ਕਿ ਹਾਂ ਅਸੀਂ ਵੀ ਵੀ ਆਰ ਦਾ ਪਾਰਟ ਆਫ ਦੈਟ ਕਮਿਊਨਿਟੀ ਸੋ ਦੈਟ ਵੀ ਨੀਡ ਟੂ ਪ੍ਰੂਵ ਇਟ ਵੀ ਨੀਡ ਟੂ ਗੈਟ ਟੂਗੈਦਰ ਸੋ ਮੈਂ ਆਇਆ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਗੇਨ ਆਈ ਡੂ ਵੈਲ ਆਈ ਮੀਨ the our respected fellows who came up give the time so thank you for that akhir vich hoyan galtiyan di maafi aur benti hai ke jinna vi ho sakda hai ji jinna parivaran ne ajay nahi seva kiti oh zarur apna yogdan pao ji wahiguru ji ka khalsa wahiguru ji ki fateh